ਆ ਜਿਹੜਾ ਫੁੱਟ ਰੋਡ ਦੀ ਸਮੱਸਿਆ ਨਾ, ਫੁੱਟ ਰੋਡ ਦੀ ਸਮੱਸਿਆ ਹਜੇ ਤੀਕਰ ਅਗਲੇ ਸਾਲ ਤੀਕਰ ਇਹ ਵਰਾਇਟੀਆਂ ਜਿਹੜੀਆਂ ਫੁੱਟ ਰੋਡ ਫ੍ਰੀ ਵਾਲੀਆਂ, ਜਿਹੜੀਆਂ ਮੈਂ ਅੱਗੇ ਵੀ ਆਪਣੀ ਪਹਿਲਾਂ ਵੀ ਆਫ ਕੈਮਰਾ ਗੱਲ ਹੋਈ ਹੈ ਵੀ ਹਾਂਜੀ 1509 'ਚ ਜਿਹੜੀਆਂ ਸ਼ੁਰੂ ਹੋ ਰਹੀ ਹੈ 1509 ਤੋਂ, ਉਹਦੇ 'ਚ ਜੀਨ ਹੋਣਗੇ ਫੁੱਟ ਰੋਡ ਪ੍ਰਤੀ ਜਿਹੜਾ ਕਵਰ ਕੀਤਾ ਹੋਊਗਾ ਜੀਨ ਪਾ ਕੇ, ਉਹ ਅਗਲੇ ਸਾਲ ਤੋਂ ਪੂਸਾ ਤੋਂ ਹੀ ਰਿਲੀਜ਼ ਹੋਣਗੀਆਂ ਜੀ। ਅਤੇ ਸਾਡੀ ਕੋਸ਼ਿਸ਼ ਰਹੂਗੀ ਥੋੜ੍ਹੇ ਥੋੜ੍ਹੇ ਟ੍ਰਾਇਲ ਅਗਲੇ, ਜੇ ਸਾਨੂੰ ਇਸ ਵਾਰ ਬੀਜ ਪ੍ਰੋਵਾਈਡ ਹੋ ਗਿਆ ਥੋੜ੍ਹਾ ਬਹੁਤ, ਜਾਂ ਅਗਲੇ ਸਾਲ ਜਲਦੀ ਤੋਂ ਜਲਦੀ ਅਸੀਂ ਵੀ ਫਾਰਮਰ ਤੀਕਰ ਲੈ ਕੇ ਆਵਾਂਗੇ। ਅਤੇ ਜਿਹੜਾ ਇਹ ਹੈਗਾ ਜਿਹੜਾ ਫੁੱਟ ਰੋਡ ਦਾ ਬੀਜ ਹੈ, ਇਹ ਬੀਜ ਤੋਂ ਵੀ ਫੈਲਦਾ, ਇਹ ਖੇਤ ਤੋਂ ਵੀ ਫੈਲਦਾ ਜੀ। ਜੇ ਕਿਸੇ ਦੇ ਖੇਤ 'ਚ ਫੁੱਟ ਰੋਡ ਦੇ ਹੈਗੇ ਆ, ਇੱਕ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਜਗਮੀਤ ਜੀ ਵੀ ਜਿਹੜਾ ਇਹ ਫੁੱਟ ਰੋਡ ਹੈ, ਇਹਦਾ ਜਿਹੜਾ ਜੀਨ ਹੈ ਉਹ ਮੋਇਸਚਰ 'ਚ ਪਲਦਾ ਹੈਗਾ, ਜਿਹੜਾ ਇਹਦਾ ਫੰਗਸ ਦਾ ਜਿਹੜਾ ਫੰਗਸ ਆ ਜਿਹੜੀ ਇਹ ਵਾਲੀ, ਹਾਂਜੀ। ਔਰ ਜਿਹੜੇ ਖੇਤ ਜਿਹੜੇ ਹੁਣ ਜਿਵੇਂ ਕਣਕ ਤੋਂ ਖਾਲੀ ਹੋਏ ਆ ਤਾਂ ਮੱਕੀ ਬੀਜਤੀ ਲੋਕਾਂ ਨੇ, ਮੱਕੀ ਤੋਂ ਗਿੱਲੇ ਰਹਿਣਗੇ, ਗਿੱਲੇ ਤੋਂ ਗਾਂਹ ਫਿਰ ਬਾਸਮਤੀ ਆ ਜਾਣਾ। ਹਾਂਜੀ, ਇਹ ਜਿਹੜਾ ਇਸ ਰੁੱਤ ਜਿਹੜੀ ਹੁਣ ਲੋ ਵਗਣੀ ਹੈਗੀ ਹੈ ਜੇਠ ਦੇ ਮਹੀਨੇ 'ਚ, ਜਿਹੜੀ ਉਦੋਂ ਜੇ ਖੇਤ ਖਾਲੀ ਸੁੱਕੇ ਪਾਉਣਗੇ ਤਾਂ ਫਿਰ ਉਹ ਜਿਹੜਾ ਖਤਮ ਹੋਊਗਾ, ਫੰਗਸ ਖਤਮ ਹੋ, ਫੰਗਸ ਖਤਮ ਹੋਊਗੀ ਫੁੱਟ ਰੋਡ ਦੀ ਜੀ। ਔਰ ਇੱਕ PAU ਨੇ ਬਹੁਤ ਵਧੀਆ ਨਵਾਂ ਇੱਕ ਉਹਨਾਂ ਨੇ ਕੀਤਾ ਹੈਗਾ ਤਿਆਰ, ਮਾਈਕਰੋਬਾਇਓਲੋਜੀ ਡਿਪਾਰਟਮੈਂਟ ਨੇ, ਜਿਹੜਾ ਕਿ ਫੁੱਟ ਰੋਡ ਪ੍ਰਤੀ ਸਹਿਣਸ਼ੀਲ ਹੋ ਜੂਗੀ ਫਸਲ ਉਹਦੇ ਉਹ ਪਾਉਣ ਦੇ ਨਾਲ ਖੇਤ 'ਚ ਜੀ। ਬਾਈ ਹਾਂਜੀ, ਬਾਈ ਜੀ ਜਿੱਦਾਂ ਆਪਣਾ ਏਰੀਆ ਹੈਗਾ, ਆਪਾਂ ਮੁਕਤਸਰ ਜ਼ਿਲ੍ਹੇ ਦੀ ਗੱਲ ਕਰੀਏ ਹੈ ਨਾ, ਪਹਿਲਾਂ ਕਾਫੀ ਆਪਣੇ ਇੱਥੇ ਨਰਮੇ ਦੀ ਕਾਸ਼ਤ ਹੁੰਦੀ ਸੀਗੀ ਜਿਹੜੀ ਕਿ ਹੁਣ ਘੱਟ ਰਹੀ ਹੈਗੀ ਆ। ਹਾਂਜੀ ਬਿਲਕੁਲ। ਤੇ ਨਰਮੇ ਵਾਲੇ ਕਿਸਾਨ ਹੈਗੇ ਜਿਹੜੇ ਬਦਲ ਵਜੋਂ ਬਾਸਮਤੀ ਵੱਲ ਆ ਰਹੇ ਹੈਗੇ ਆ, ਜਿਹੜੀ ਕਿ ਘੱਟ ਸਮੇਂ ਦੀ ਵਰਾਇਟੀ ਨੂੰ ਜ਼ਿਆਦਾ ਤਰਜੀਹ ਦਿੰਦੇ ਹੈਗੇ ਆ, ਤੁਹਾਡੇ ਕੋਲ ਜੇ ਆਪਾਂ ਗੱਲ ਕਰੀਏ ਤਾਂ ਨਰਮੇ ਵਾਲੇ ਖੇਤਾਂ ਦੇ ਲਈ ਕੋਈ ਇੱਦਾਂ ਦੀ ਕਿਸਮ ਹੈਗੀ ਆ ਜਿਹੜੀ ਸ਼ਾਰਟ ਡਿਊਰੇਸ਼ਨ ਦੇ ਵਿੱਚ? ਹਾਂ, ਮੇਰੇ ਦੇਖਣ 'ਚ ਮੈਂ ਲਾਸਟ ਈਅਰ ਸੋਇੰਗ ਵੀ ਕੀਤੀ ਸੀ, ਇੱਕ ਵਰਾਇਟੀ ਪੂਸਾ ਨੇ ਲਾਸਟ ਈਅਰ ਰਿਲੀਜ਼ ਕੀਤੀ ਹੈਗੀ ਹੈ ਪੂਸਾ 1985, ਜਿਹੜੀ ਕਿ 1509 ਜਿਹੜੀ ਵਰਾਇਟੀ ਹੈਗੀ ਹੈ ਸਭ ਤੋਂ ਸ਼ਾਰਟ ਡਿਊਰੇਸ਼ਨ ਜਿਹੜੀ ਪੂਸਾ ਦੀ, ਉਹਦੇ ਵਿੱਚ ਉਹਨਾਂ ਨੇ HT ਕੀਤਾ। HT ਮੀਨਸ ਹਰਬੀਸਾਈਡ ਟੋਲਰੈਂਟ, ਜਿਹੜੇ ਨਦੀਨਾਂ ਤੋਂ ਬਚਣ ਲਈ ਜਿਹੜਾ ਇੱਕ ਜੀਨ ਪਾਇਆ, ਜਿਹੜਾ ਕਿ ਅਮੇਜਾ ਥਾਈਪਰ ਸਪਰੇਅ ਪ੍ਰਤੀ ਉਹ ਸਹਿਣਸ਼ੀਲ ਹੋ ਜਾਊਗਾ ਸਾਰਾ ਪੌਦਾ। ਅਤੇ ਅਮੇਜਾ ਥਾਈਪਰ ਜਿਹੜੀ ਹੈਗੀ ਆ ਉਹ ਨਦੀਨ ਮਾਰਦੀ ਹੈਗੀ ਹੈ, ਜਦੋਂ ਨਦੀਨ ਸਾਰੇ ਤੁਹਾਡੇ ਮਰ ਜਾਣਗੇ, ਨਰਮੇ ਵਾਲਿਆਂ ਵਾਸਤੇ ਉਹ ਕਿਵੇਂ ਵਰਦਾਨ ਹੋਏਗੀ ਵਰਾਇਟੀ? ਨਰਮੇ ਵਾਲਿਆਂ ਕੋਲ ਪਾਣੀ ਦੀ ਵੀ ਸਾਧਨਾਂ ਦੀ ਘਾਟ ਆ, ਪਾਣੀ ਦੀ, ਔਰ ਉਹਨਾਂ ਦੇ ਖੇਤ ਵੀ ਥੋੜ੍ਹੇ ਨਰਮ ਹੈਗੇ। ਹਾਂਜੀ, ਤਾਂ ਜਦੋਂ ਪਾਣੀ ਦੀ ਘਾਟ ਆ ਤਾਂ ਫਿਰ ਉਹਦੀ ਡਾਇਰੈਕਟ ਸੋਇੰਗ ਵਾਸਤੇ ਵਰਾਇਟੀ ਆ, ਉਹਦੀ ਡਾਇਰੈਕਟ ਸੋਇੰਗ ਕਰਨ 1985 ਦੀ, ਜਦੋਂ ਸਾਰੇ, ਕਿਉਂਕਿ ਇਹ ਸਾਰੀ 105 ਤੋਂ 10 ਦਿਨਾਂ ਦੇ ਵਿੱਚ ਸਾਰੀ ਪੱਕ ਜਾਣੀ ਹੈ ਬੀਜਣ ਤੋਂ ਲੈ ਕੇ। ਹਾਂਜੀ, ਇੰਨੀ ਛੋਟੀ ਵਰਾਇਟੀ ਹੈਗੀ ਹੈ। ਅਤੇ ਇਹ ਜਮਾਂ ਨੇੜੇ ਜਾ ਕੇ ਜਦੋਂ ਮੌਨਸੂਨ ਸ਼ੁਰੂ ਹੋਣੀ ਹੈ ਉਦੋਂ ਜੇ ਜ਼ਿਮੀਂਦਾਰਾਂ ਨੂੰ ਬੀਜੂਗਾ ਔਰ ਥੋੜ੍ਹਾ ਜਿਹਾ ਬੀਜ ਵੱਧ ਪਾ ਦੇ, 8-10 ਕਿਲੋ ਬੀਜ ਪਾ ਕੇ, 10 ਕਿਲੋ ਦੇ ਕਰੀਬ ਬੀਜ ਪਾ ਕੇ ਸੰਘਣੀ ਬੀਜ ਲੂਗਾ, ਤਾਂ ਉਹਨੂੰ ਫਿਰ ਉਸ ਤੋਂ ਬਾਅਦ ਭਾਵੇਂ ਮੀਂਹਾਂ ਨਾਲ ਹੀ ਪਕਾ ਲਏ ਜਾਂ ਇੱਕ ਅੱਧਾ ਬੀਜਦੀ ਪਾਣੀ ਲਾ ਕੇ ਉਹਦੇ 45 ਉਂਝ ਤਾਂ ਇਹਦੀ ਸ਼ਮਤਾ ਹੈਗੀ ਹੈ 65-70 ਮਣ ਤੀਕਰ ਵੀ ਝਾੜ ਦੇਣ ਦੀ, ਪਰ ਫਿਰ ਵੀ ਜੇ ਉਹਦੇ 45 ਤੋਂ ਲੈ ਕੇ 50-55 ਮਣ ਤੀਕਰ ਦਾਣੇ 105-110 ਦਿਨਾਂ ਦੇ ਵਿੱਚ ਨਦੀਨਾਂ ਤੋਂ ਬਿਨਾਂ ਜਿਹੜੇ ਸਪਰੇਅ ਕਰਕੇ ਹੋ ਜਾਣਗੇ। ਹੋਰ ਨਰਮੇ ਵਾਲਿਆਂ ਕੋਲ ਇਸ ਤੋਂ ਬਿਨਾਂ ਕੋਈ ਬਦਲ ਨਹੀਂ, ਉਹਦੇ ਕੋਲ ਕੱਦੂ ਕਰਕੇ ਝੋਨਾ ਲਾਉਣ ਜਿੰਨਾ ਪਾਣੀ ਹੈ ਨਹੀਂ ਗਾ। ਬਿਲਕੁਲ। ਅਤੇ ਹੋਰ ਨਰਮਾ ਜਿਹੜਾ ਹੈਗਾ, ਪਿਛਲੇ ਸਾਲ ਪਿੰਕ ਬੋਲਵਾਰਮ ਨੇ ਬਹੁਤ ਜ਼ਿਆਦਾ, ਈਵਨ ਪੰਜਾਬ ਰਾਜਸਥਾਨ ਸਾਰੇ ਕਿਤੇ, ਇਸ ਵਾਰ ਲੋਕ ਨਰਮਾ ਬੀਜ ਤਾਂ ਰਹੇ ਆ ਪਰ ਬਹੁਤ ਦਬੇ ਮਨ ਨਾਲ ਬੀਜ ਰਹੇ ਆ। ਹਾਂਜੀ, ਅਤੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਇਸ ਵਾਰ
ਭਾਵੇਂ ਤੁਸੀਂ ਕਿਤੋਂ ਵੀ ਬੀਜ ਰੇਂਜ ਹੁੰਦਾ 1985 ਸਾਡੇ ਕੋਲ ਵੀ ਹੈਗਾ, ਜੇ ਤੁਹਾਡੇ ਨੇੜੇ ਵੀ ਕਿਤੋਂ ਹੁੰਦਾ ਤਾਂ ਕੋਈ ਦਿੱਕਤ ਨਹੀਂ, 1985 ਜਾਂ ਪੂਸਾ 'ਤੇ ਵੀ ਹੁਣ ਪੋਰਟਲ ਬਣ ਕੇ ਬੀਜ ਦੇਣਗੇ, ਉਹ ਪੋਰਟਲ ਬਣਾ ਕੇ ਬੁਕਿੰਗ ਲੈਣਗੇ ਜਾਂ ਕੁਛ ਇਸ ਤਰ੍ਹਾਂ ਦਾ ਹੋਏਗਾ, ਕਿਉਂਕਿ ਇਸ ਵਾਰ ਜਿਹੜਾ ਪੂਸਾ ਦਾ ਮੇਲਾ ਜਿਹੜਾ ਫਰਵਰੀ ਵਾਲਾ ਕਿਸਾਨ ਅੰਦੋਲਨ ਕਰਕੇ ਉਹ ਕੈਂਸਲ ਹੋ ਗਿਆ, ਨਹੀਂ ਤਾਂ ਉੱਥੇ ਕਾਫ਼ੀ ਆਪਾਂ ਨੂੰ ਨਵੀਆਂ ਵਰਾਇਟੀਆਂ ਮਿਲਣੀਆਂ ਸੀ। ਹਾਂਜੀ, ਅਤੇ ਜਿਹੜੀ 1985 ਦੀ ਗੱਲ ਕੀਤੀ ਹੈ, 1509 ਦੀ ਵਰਾਇਟੀ ਹੈ, ਕਿਸੇ 'ਚ ਐਚ ਟੀ 'ਚ 1121 ਦਾ ਬਦਲ ਆਇਆ ਹੈਗਾ ਅਰਬੀ ਸਾਈਡ ਟੋਲਰੈਂਟ 'ਚ, ਉਹਨੂੰ ਬੋਲਦੇ ਆ 1979 ਪੂਸਾ 1979 1979 ਉਹ 1121 ਦਾ ਬਦਲ ਹੈ, ਉਹਦੇ 'ਚ ਵੀ ਸੇਮ 1121 ਵਾਲੀ ਕੁਆਲਿਟੀ ਹੈ, ਬਸ ਉਹ ਹਰਬੀ ਸਾਈਡ ਟੋਲਰੈਂਟ ਹੈ, ਉਹਨੂੰ ਸਿੱਧੀ ਬਿਜਾਈ ਕਰੋ, ਕੋਈ ਉਦੋਂ ਤੁਸੀਂ ਬਿਜਾਈ ਕਰਕੇ ਉੱਗਣ ਤੋਂ ਬਾਅਦ ਕੋਈ ਸਪਰੇਅ ਨਹੀਂ ਕਰਨੀ ਗੀ, ਇੱਕ ਵਾਰ ਉੱਗਣ ਦਿਓ, ਨਾਲ ਨਦੀਨ ਵੀ ਉੱਗਣ ਦਿਓ, ਜਦੋਂ ਨਦੀਨ 15-20-25 ਦਿਨਾਂ ਦੇ ਹੋ ਜਾਣਗੇ ਤੁਹਾਡੇ ਨਾਲ ਝੋਨਾ ਵੀ, ਉਸ ਤੋਂ ਬਾਅਦ ਇੱਕੋ ਵਾਰੀ ਸਪਰੇਅ ਕਰਨਾ ਤੁਸੀਂ ਮੇਜਾ ਥਾਈਪਰ 10% ਦਾ, ਔਰ ਸਾਰੇ ਨਦੀਨ ਤੁਹਾਡੇ ਖੇਤ ਦੇ ਵਿੱਚੋਂ ਮਰ ਜਾਣੇ ਹੈ। ਜੇ ਇਹ ਇੱਕ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਬੀਜਦੇ ਆ ਝੋਨਾ, ਜੇ ਉਹ ਇਹ ਵਰਾਇਟੀਆਂ ਲਾਉਣਗੇ ਉਹਨਾਂ ਦੇ ਖੇਤ 'ਚ, ਦੂਜਾ ਜਿਹੜਾ ਵਲੰਟੀਅਰ ਸੀਡ ਜਿਹੜਾ ਪਿਛਲੇ ਸਾਲ ਵਾਲਾ ਉੱਗਿਆ ਹੁੰਦਾ, ਕਿਉਂਕਿ ਉਹਦੇ 'ਚ ਜੀਨ ਹੋਣੇ ਨਹੀਂ ਗੇ, ਨਾਲ ਉਹ ਝੋਨਾ ਵੀ ਮਰ ਜੂਗਾ, ਇਕੱਲੀ ਇਹੀ ਵਰਾਇਟੀ ਰਹੂਗੀ ਜਿਹੜੀ ਦੇ ਵਿੱਚ ਜੀਨ ਹੋਏਗਾ ਜੀ। ਬਾਕੀ ਨਦੀਨ ਦੇ ਨਾਲ ਜੇ ਕੋਈ ਹੋਰ ਝੋਨਾ ਉੱਗਿਆ ਹੋਊਗਾ ਉਹ ਵੀ ਤੁਹਾਡਾ ਖਤਮ ਹੋਜੂ, ਤੇ ਨਰਮੇ ਵਾਲਿਆਂ ਵਾਸਤੇ ਇਸ ਤੋਂ ਵਧੀਆ ਵਰਾਇਟੀ ਨਹੀਂ ਹੋ ਸਕਦੀ। ਨਰਮੇ ਵਾਲੇ ਇਸ ਵਾਰ ਥੋੜਾ ਥੋੜਾ ਜ਼ਰੂਰ ਟਰਾਈ ਕਰਨ, ਇਹਨੂੰ ਡਾਇਰੈਕਟ ਸੋਇਨ 'ਚ ਭਾਵੇਂ ਕਨਾਲਾਂ 'ਚ ਕਰਕੇ ਦੇਖ ਲੈਣ ਜਾਂ ਕਿੱਲਿਆਂ 'ਚ ਕਰਕੇ ਦੇਖ ਲੈਣ, 1985 ਵਰਾਇਟੀ ਜਿਹੜੀ ਬਹੁਤ ਵਧੀਆ, ਇਹ ਸਾਰੀ ਤੁਹਾਡੀ 105 ਤੋਂ ਲੈ ਕੇ 110 ਦਿਨਾਂ ਦੇ ਵਿੱਚ ਬੀਜਣ ਤੋਂ ਲੈ ਕੇ ਇਹਨੇ ਪੱਕ ਜਾਣਾ, ਔਰ ਇਹਨੂੰ ਬਹੁਤ ਘੱਟ ਪਾਣੀਆਂ ਦੀ ਲੋੜ ਆ, ਤੁਸੀਂ ਜਮਾਂ ਮੀਂਹਾਂ ਦੇ ਨੇੜੇ ਕਰਕੇ ਬੀਜੋ, ਔਰ ਥੋੜ੍ਹੀ ਜਿਹੀ ਸੰਘਣੀ ਬੀਜ ਲਓ, ਜੇ ਕੋਈ ਪੌਦਾ ਘੱਟ ਵੀ ਮਾਰੂਗੀ ਤਾਂ ਜਦੋਂ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਊਗੀ ਤਾਂ ਤੁਹਾਡਾ ਝਾੜ ਵਧੀਆ ਆ ਜੀ।